ਪਹਿਲਾ 2017 ਪੰਜਾਬ ਵਿਧਾਨ ਸਭਾ ਚੋਣਾਂ ਤੇ ਫਿਰ 2022 ਇਨ੍ਹਾਂ ਦੋਵੇਂ ਚੋਣਾਂ ਦੌਰਾਨ ਪੰਜਾਬ ਦੇ ਮੁੱਦੇ ਲਗਭਗ ਇੱਕੋ ਰਹੇ ਇਨ੍ਹਾਂ ਸਭ ਮੁੱਦਿਆਂ 'ਚੋਂ ਇੱਕ ਮੁੱਦਾ ਬੇਅਦਵੀ ਦਾ ਸੀ ਜਿਸ ਦਾ ਇਨਸਾਫ ਹਰ ਪੰਜਾਬੀ ਮੰਗਦਾ ਹੈ ਪਰ ਇਸ ਬਾਰੇ ਨਾ ਪਿਛਲੀ ਕੈਪਟਨ ਤੇ ਚੰਨੀ ਸਰਕਾਰ ਕੁਝ ਕਰ ਸਕੇ ਤੇ ਨਾ ਹੀ ਹਲੇ ਤੱਕ ਮਾਨ ਸਰਕਾਰ ਲੋਕਾਂ ਦੀ ਨਿਰਾਸ਼ਗੀ ਨੂੰ ਦੂਰ ਕਰ ਸਕੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਬੇਅਦਵੀ ਦੀਆਂ ਘਟਨਾਵਾਂ ਨੂੰ ਲੈ ਕੇ ਇੱਕ ਐਸ ਆਈ ਟੀ ਪੁਸ ਅਧਿਕਾਰੀ ਐਲਕੇ ਯਾਦਵ ਦਾ ਦੂਜੇ ਪਾਸੇ ਸੇ ਕੋਟਕਪੂਰਾ ਕਾਨਚ ਐਸ ਆਈਟੀ ਪੁਲਿਸ ਅਧਿਕਾਰੀ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਕੰਮ ਕਰ ਰਹੀ ਹੈ। ਉਹਨਾਂ ਦੋਵਾਂ ਪੁਲਿਸ ਅਧਿਕਾਰੀਆਂ ਨੇ ਮੀਟਿੰਗ ਕੀਤੀ ਹੈ। ਉਹਨਾਂ ਕਿਹਾ ਕਿ 2015 ਤੋਂ ਲੈ ਕੇ 2022 ਦਰਮਿਆਨ ਵਿਆਜਵੀਂ ਦੀਆਂ ਘਟਨਾਵਾਂ ਨਾਲ ਸੰਬੰਧਿਤ ਮਾਮਲਿਆਂ ਨੂੰ ਪਿਛਲੀਆਂ ਸਰਕਾਰਾਂ ਨੇ ਉਲਝਾ ਕੇ ਰੱਖ ਦਿੱਤਾ ਹੈ। ਵਿਆਜਵੀਂ ਦੇ ਮਾਮਲਿਆਂ 'ਚ ਸੱਚਾਈ ਕੁਝ ਦਿਨਾਂ 'ਚ ਸਾਹਮਣੇ ਆਏਗੀ। ਇਸ ਵਿਚਾਲੇ ਜਦ ਪੱਤਰਕਾਰ ਨੇ ਸਵਾਲ ਕੀਤਾ ਕਿ ਅਜਿਹੀਆਂ ਘਟਨਾਵਾਂ ਸਿਰਫ ਪੰਜਾਬ 'ਚ ਹੀ ਦੇਖਣ ਨੂੰ ਕਿਉਂ ਮਿਲ ਰਹੀਆਂ ਨੇ ਤਾਂ ਉਹਨਾਂ ਕਿਹਾ ਕਿ ਜਦ ਚਲਾਨ ਪੇਸ਼ ਕੀਤਾ ਜਾਵੇਗਾ ਉਦੋਂ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆ ਜਾਵੇਗਾ ਕਿ ਕਿਉਂ ਇਹ ਪੰਜਾਬ ਚ ਹੁੰਦਾ ਨਾਲ ਹੀ ਉਹਨਾਂ ਕਿਹਾ ਕਿ ਸ੍ਰੀ ਗੁਰਗੰਦ ਸਾਹਿਬ ਨੂੰ ਅਸੀਂ ਆਪਣਾ ਪਿਤਾ ਮੰਨਦੇ ਹਾਂ ਜੇਕਰ ਸਾਡਾ ਬਾਪੂ ਸਾਡੇ ਘਰ ਸੇਫ਼ ਨਹੀਂ ਤਾਂ ਹੋਰ ਕਿੱਥੇ ਹੋਵੇਗਾ ਇਸ ਮੌਕੇ ਉਹਨਾਂ ਕਿਹਾ ਕਿ ਇਸ ਮਾਮਲੇ 'ਚ ਮੈਂ ਕੇਂਦਰੀ ਹੋਮ ਮੰਤਰੀ ਨੂੰ ਵੀ ਮਿਲ ਕੇ ਆਇਆ ਹਾਂ ਤੇ ਅਪੀਲ ਕੀਤੀ ਹੈ ਕਿ ਅਜਿਹੇ ਮਾਮਲਿਆਂ 'ਚ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬੰਨੀਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ